ਹਾਂਜੀ, ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਫੇਸਬੁੱਕ ਪੇਜ ਦੇ ਉੱਪਰ। ਦੋਸਤੋ, ਸਾਹਮਣੇ ਜਿਹੜਾ ਤੁਸੀਂ ਲੋਡਰ ਦੇਖ ਰਹੇ ਹੋ, ਇਹ ਬਾਈ ਜੀ ਹੋਰਾਂ ਨੇ ਤਿਆਰ ਕੀਤਾ ਹੋਇਆ ਪਿੰਡ ਸੇਖਾ ਕਲਾਂ ਤੇ ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ ਪੈਂਦੀ ਇਸ ਪਿੰਡ ਨੂੰ ਤੇ ਸਮਾਲਸਰ ਦੇ ਨੇੜੇ ਆ। ਤੇ ਦੋਸਤੋ, ਬਾਈ ਜੀ ਲੋਡਿੰਗ ਦਾ ਕੰਮ ਕਰਦੇ ਆ, ਵੀ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਰੇਤਾ ਬੱਜਰੀ ਲੋਡ ਕਰਵਾਉਣਾ ਹੋਵੇ ਜਾਂ ਕਿਸੇ ਨੇ ਰੂੜੀ ਦੀ ਖਾਦ ਪਾਉਣੀ ਆ, ਕੋਈ ਵੀ ਸਮਾਨ ਆ ਜਿਹੜਾ ਲੋਡ ਕਰਨਾ ਆਪਾਂ ਕਿਸੇ ਚੀਜ਼ ਦੇ ਵਿੱਚ, ਜਾਂ ਭਰਤ ਵਗੈਰਾ ਪਾਉਂਦੇ ਆ ਘਰਾਂ ਦੇ ਵਿੱਚ ਨੀਆਂ ਤੇ ਮਿੱਟੀ ਪਵਾਉਣ ਵਾਸਤੇ, ਇਹ ਲੋਡਰ ਤਿਆਰ ਕੀਤਾ ਹੋਇਆ ਬਾਈ ਜੀ ਦਾ। ਤੇ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੰਦੇ ਹਾਂ ਲੋਡਰ ਇਹ, ਤੇ ਬਾਈ ਜੀ ਇਹ ਕੰਮ ਕਰਦੇ ਆ। ਤੇ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਤਾਂ ਉਹ ਬਾਈ ਦੇ ਨਾਲ ਸੰਪਰਕ ਕਰ ਸਕਦਾ, ਆਪਾਂ ਬਾਈ ਦੇ ਨਾਲ ਗੱਲਬਾਤ ਵੀ ਕਰਾਂਗੇ। ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਲੋਡਿੰਗ ਕਰਵਾਉਣੀ ਆ, ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ। ਆਪਾਂ ਉਹਨਾਂ ਦਾ ਮੋਬਾਈਲ ਨੰਬਰ ਜਾਣ ਲੈਂਦੇ ਹਾਂ, ਅਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਕੀ ਕੰਮ ਤੁਸੀਂ ਜਿਹੜਾ ਕਰਦੇ ਹੋ ਅਤੇ ਕਿੱਥੇ ਕਿੱਥੇ ਤੱਕ ਮਤਲਬ ਜਾ ਸਕਦੇ ਹੋ ਤੁਸੀਂ। ਅਤੇ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ, ਬਜਰੀ ਭਰਾਉਣੀ ਹੋਵੇ, ਰੇਤਾ ਭਰਾਉਣਾ ਹੋਵੇ ਕਿਸੇ ਨੇ, ਹਾਂਜੀ, ਕਿਵੇਂ ਕੋਠੀ 'ਚ ਭਰਤ ਪਾਉਣੀ ਹੈ, ਨੀਆਂ 'ਚ ਮਿੱਟੀ ਸਿੱਟਣੀ ਆ, ਹਾਂਜੀ ਹਾਂਜੀ, ਕਿਸੇ ਨੇ ਰੇਹ ਪਾਉਣੀ ਹੋਵੇ, ਠੀਕ ਹੈ ਜੀ, ਕੰਮ ਕਰਦੇ ਹਾਂ ਆਪਾਂ। ਲਓ ਵੀ ਦੋਸਤੋ, ਬਾਈ ਜੀ ਨੇ ਦੱਸ ਦਿੱਤਾ ਵੀ ਕੀ ਜਿਹੜਾ ਕੰਮ ਹੈ ਇਹਦੇ ਨਾਲ ਕਰਦੇ ਆ ਇਹ। ਅਤੇ ਆਪਾਂ ਬਾਈ ਜੀ ਤੋਂ ਇਹਨਾਂ ਦਾ ਪੁੱਛਦੇ ਹਾਂ ਵੀ ਜਿਵੇਂ ਲੋਹੜੇ ਵਗੈਰਾ ਜਿਵੇਂ ਟਰਾਲੀ ਲੋਡ ਕਰਦੇ ਆ, ਉਹਦਾ ਕੀ ਹਿਸਾਬ ਕਿਤਾਬ ਲੈਂਦੇ ਆ ਕਿ ਘੰਟੇ ਦਾ ਲੈਂਦੇ ਆ ਬਾਈ ਜੀ? ਜਿਹੜਾ ਆਪਾਂ ਲੋਡ ਕਰਦੇ ਹਾਂ ਜਿਵੇਂ ਜਾਂ ਤਾਂ ਟਰਾਲੀ 'ਚ ਭਰਦੇ ਹਾਂ ਅਤੇ ਜਾਂ ਫਿਰ ਆਪਾਂ ਵੈਸੇ ਘੰਟੇ ਦਾ ਕਰਦੇ ਹਾਂ? ਉਹ ਟਰਾਲੀ ਦਾ ਹਿਸਾਬ ਆ। ਅੱਛਾ ਜੀ, ਟਰਾਲੀ 'ਚ ਭਰਨੇ ਆ ਤਾਂ ਟਰਾਲੀ ਦੇ ਹਿਸਾਬ ਨਾਲ, ਠੀਕ ਹੈ ਜੀ। ਘੰਟੇ ਦਾ ਹਿਸਾਬ ਕਿਵੇਂ? ਜਿਵੇਂ ਆਪਣਾ ਨੀਆਂ ਭਰੀਆਂ ਵਾਂਗਾ ਅਤੇ ਉੱਥੇ ਭਰਤ ਪਾਉਣੀ ਆ ਆਪਾਂ, ਹਾਂਜੀ, ਉਹ ਘੰਟੇ ਦਾ ਵੀ ਕਰ ਲੈਂਦੇ ਹਾਂ, ਟਰਾਲੀਆਂ ਦਾ ਕਰਨ ਵਾਲੇ ਨੇ ਟਰਾਲੀਆਂ ਦਾ ਵੀ ਕਰ ਲੈਂਦੇ ਹਾਂ, ਠੀਕ ਹੈ ਜੀ, ਦੋਨੇ ਕੰਮ ਕਰ ਲੈਂਦੇ ਹਾਂ, ਠੀਕ ਹੈ ਬਾਈ ਜੀ। ਲਓ ਵੀ ਦੋਸਤੋ, ਤੁਸੀਂ ਭਰਤ ਪਵਾਉਣੀ ਹੋਵੇ ਜਿਵੇਂ ਆਪਣੇ ਨੀਆਂ ਭਰੀਆਂ ਜਾਂਦੀਆਂ, ਉਸ ਤੋਂ ਬਾਅਦ ਮਿੱਟੀ ਜਿਹੜੀ ਨੀਆਂ ਦੇ ਵਿੱਚ ਅੰਦਰ ਪਾਉਣੀ ਹੁੰਦੀ ਹੈ, ਜਾਂ ਤੁਸੀਂ ਰੂੜੀ ਦੀ ਖਾਦ ਜਿਹੜੀ ਪਾਉਣੀ ਆ, ਰੂੜੀ ਲਦਾਉਣੀ ਆ ਟਰਾਲੀਆਂ ਦੇ ਵਿੱਚ, ਜਾਂ ਕੋਈ ਰੇਤਾ ਬੱਜਰੀ ਲਦਾਉਣਾ, ਤਾਂ ਉਹ ਬਾਈ ਦੇ ਨਾਲ ਸੰਪਰਕ ਕਰ ਸਕਦਾ। ਬਾਈ ਦਾ ਨਾਮ ਆ ਜਿਹੜਾ ਸੁਖਦੇਵ ਸਿੰਘ ਆ, ਕਾਕਾ, ਅਤੇ ਬਾਈ ਦੇ ਕੋਲ ਲੋਡਰ ਆ ਇਹ, ਆਸ਼ੇ 'ਤੇ ਤਿਆਰ ਕਰਵਾਇਆ ਹੋਇਆ। ਕਿਸੇ ਵੀ ਵੀਰ ਨੇ ਕੰਮ ਕਰਵਾਉਣਾ ਹੋਵੇ ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦਾ। ਅਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਲਓ ਵੀ ਦੋਸਤੋ, ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਤੁਸੀਂ ਨੋਟ ਕਰ ਲਵੋ, 9881867250 ਨੰਬਰ ਹੈ। ਤੁਸੀਂ ਇਸ ਨੰਬਰ 'ਤੇ ਸੰਪਰਕ ਕਰਕੇ ਬਾਈ ਦੇ ਨਾਲ ਜਿਹੜਾ ਇਹ ਤੁਸੀਂ ਆਪਦਾ ਰੇਤਾ ਬੱਜਰੀ ਕੋਈ ਰੂੜੀ ਦੀ ਖਾਦ ਆ ਜਿਹੜੀ ਲੋਡ ਅਨਲੋਡ ਕਰਵਾ ਸਕਦੇ ਹਾਂ। ਅਤੇ ਜਿਹੜੀ ਇਹਨਾਂ ਦੇ ਬਾਈ ਦੇ ਕਾਰਡ ਦੀ ਫੋਟੋ ਆ ਜਿਹੜੀ ਉਹ ਵਿੱਚ ਵੀਡੀਓ ਦੇ ਪਾ ਰਹੇ ਹਾਂ, ਤੁਸੀਂ ਉਸ ਨੰਬਰ 'ਤੇ ਸੰਪਰਕ ਕਰਕੇ ਬਾਈ ਦੇ ਨਾਲ ਅਤੇ ਕੰਮ ਆ ਜਿਹੜਾ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹਾਂ। ਰੇਟ ਤੁਹਾਨੂੰ ਦੱਸ ਦਿੱਤਾ ਬਾਈ ਜੀ ਨੇ, ਘੰਟੇ ਦੇ ਹਿਸਾਬ ਨਾਲ ਵੀ ਕਰ ਲੈਂਦੇ ਅਤੇ ਟਰਾਲੀ ਦੇ ਹਿਸਾਬ ਨਾਲ ਵੀ। ਬਾਕੀ ਬਾਈ ਜੀ ਕਹਿੰਦੇ ਵੀ ਆਪਾਂ ਜਾਇਜ਼ ਰੇਟ ਲਵਾਂਗੇ, ਕਿਸੇ ਵੀਰ ਨੇ ਕੋਈ ਰੂੜੀ ਦੀ ਖਾਦ ਰੇਤਾ ਬੱਜਰੀ ਲਗਾਉਣਾ ਹੋਵੇ ਬਾਈ ਦੇ ਨਾਲ ਸੰਪਰਕ ਕਰ ਸਕਦਾ। ਬਾਈ ਜੀ ਪਿੰਡ ਦੇ ਵਿੱਚ ਹੀ ਕਰਦੇ ਕਿ ਬਾਹਰ ਪਿੰਡਾਂ 'ਚ ਵੀ ਜਾ ਸਕਦੇ? ਬਾਹਰ ਵੀ ਕਿਵੇਂ ਮੱਲ ਕੇ ਆ, 30 ਆ, ਠੀਕ ਹੈ ਜੀ, ਆਹ ਨਾਲ ਦੇ ਪਿੰਡਾਂ ਦੇ ਵਿੱਚ ਕਿਤੇ ਵੀ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਬੁਲਾ ਸਕਦਾ ਤੁਹਾਨੂੰ, ਕਿਸੇ ਪਿੰਡ ਵੀ ਜਿਵੇਂ ਜ਼ਰੂਰਤ ਆ, ਠੀਕ ਹੈ ਜੀ, ਠੀਕ ਹੈ ਜੀ। ਲਓ ਵੀ ਦੋਸਤੋ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਦੇ ਜਿਹੜੇ ਲੋਡਿੰਗ ਜਾਂ ਅਨਲੋਡਿੰਗ ਕਰਵਾਉਣ ਵਾਸਤੇ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦਾ। ਅਤੇ ਬਾਈ ਦਾ ਨਾਮ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ, ਸੁਖਦੇਵ ਸਿੰਘ ਕਾਕਾ।
ਤੇ ਮੋਬਾਈਲ ਨੰਬਰ ਆ ਜਿਹੜਾ 9871867250 ਹੈ, ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰਕੇ ਤੁਸੀਂ ਆਪਦਾ ਜਿਹੜੀ ਸਮਾਨ ਆ ਲੋਡ ਕਰਵਾ ਸਕਦੇ ਹੋ। ਧੰਨਵਾਦ ਦੋਸਤੋ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਸ਼ੁਕਰੀਆ।